ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਤੁਹਾਡੇ ਨਾਲ ਵਿਕਰਮ ਇਸ ਵਕਤ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਵਾਂ ਤੁਸੀਂ ਮੇਰੇ ਮਗਰ ਇਹ ਦੁਕਾਨ ਦੇਖ ਸਕਦੇ ਹੋ ਕਿਹਾ ਜਾ ਰਿਹਾ ਕਿ ਇਸੇ ਦੁਕਾਨ ਦੇ ਉੱਤੇ ਜੋ ਕਿ ਅੰਮ੍ਰਿਤਪਾਲ ਸਿੰਘ ਇਸ ਵੇਲੇ ਭਾਰਤ 'ਚ ਭਗੌੜਾ ਸਾਬਿਤ ਕਰ ਦਿੱਤੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਭੱਜੇ ਹੋਏ ਅੰਮ੍ਰਿਤਪਾਲ ਜਦ ਭੱਜ ਰਹੇ ਸੀ ਗੁਲਾਬੀ ਰੰਗ ਦੀ ਪੱਗ ਐਨਕਾਂ ਪਾ ਕੇ ਅਤੇ ਪੈਂਟ ਸ਼ਰਟ ਪਾ ਕੇ ਇੱਥੇ ਕਿਹਾ ਜਾ ਰਿਹਾ ਕਿ ਇਸੇ ਦੁਕਾਨ ਦੇ ਉੱਤੇ ਪੈਂਚਰ ਲਗਵਾਇਆ ਗਿਆ ਸੀ ਸੀ ਟੀ ਵੀ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ ਕਈ ਸੀ ਸੀ ਟੀ ਵੀ ਵੀਡੀਓ ਸਾਹਮਣੇ ਆ ਰਹੀਆਂ ਨੇ ਹੁਣ ਜੇ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਕਦੀ ਉਹ ਛੱਤਰੀ ਲੈ ਕੇ ਜਾਂਦੇ ਦਿਖਾਈ ਦਿੰਦੇ ਨੇ ਪੱਪਲਪ੍ਰੀਤ ਸਿੰਘ ਦੇ ਨਾਲ ਕਿਹਾ ਜਾ ਰਿਹਾ ਕਿ ਉਹ ਪਲੈਟੀਨਾ ਮੋਟਰਸਾਈਕਲ 'ਤੇ ਫਰਾਰ ਹੁੰਦੇ ਨੇ ਅਤੇ ਇਸੇ ਜਗ੍ਹਾ ਤੋਂ ਉਹ ਨਿਕਲਦੇ ਨੇ ਅਤੇ ਇਸ ਵਕਤ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਉਸੇ ਪੈਂਚਰਾਂ ਵਾਲੀ ਦੁਕਾਨ 'ਤੇ ਪਹੁੰਚੇ ਹਾਂ ਜਿੱਥੇ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਇੱਥੇ ਪੈਂਚਰ ਲਗਵਾਇਆ ਗਿਆ ਸੀ ਇਹ ਕਿਹਾ ਜਾ ਰਿਹਾ ਕਿ ਪਾਇਆ ਗਿਆ ਯਾਰ ਆਮ ਸ਼ਰਧਾਲੂ ਆਏ ਸੀਗੇ ਪੈਂਚਰ ਲਵਾਇਆ ਚਲ ਗਏ ਅੰਮ੍ਰਿਤਪਾਲ ਨਹੀਂ ਸੀ ਉਹ ਨਹੀਂ ਸੀਗਾ ਯਾਰ ਅੰਮ੍ਰਿਤਸਰ ਦੀ ਫੋਟੋ ਨਹੀਂ ਅਸੀਂ ਵੇਂਦੇ ਰੋਜ਼ ਕਿਹਾ ਜਾ ਰਿਹਾ ਕਿ ਭੇਸ ਬਦਲ ਕੇ ਅੰਮ੍ਰਿਤਪਾਲ ਸਿੰਘ ਆਇਆ ਸੀ ਨਹੀਂ ਇਦਾਂ ਕੋਈ ਨਹੀਂ ਸੀਗਾ ਆਮ ਸਰ ਜਿਹੜਾ ਰੇੜਾ ਜਗਾੜੂ ਰੇੜੇ ਦੇ ਉੱਤੇ ਆਏ ਸੀ ਜਿਹੜੀ ਸੀ ਸੀ ਟੀ ਵੀ ਫੁਟੇਜ ਵਾਇਰਲ ਹੁੰਦੀ ਆ ਉਹ ਤੁਹਾਡੀ ਦੁਕਾਨ 'ਤੇ ਹੀ ਹੁੰਦੀ ਆ ਪੰਜਾਬ ਪੁਲਿਸ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਤੁਹਾਡੀ ਦੁਕਾਨ ਦੇ ਉੱਤੇ ਸੀ ਸੀ ਟੀ ਵੀ ਵੀਡੀਓ ਸਾਹਮਣੇ ਆਉਂਦੀ ਆ ਪੰਜਾਬ ਪੁਲਿਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਉਹ ਅੰਮ੍ਰਿਤਪਾਲ ਹੀ ਆ ਯਾਰ ਤੇ ਉਹੀ ਗੱਲਾਂ ਅੰਮ੍ਰਿਤਪਾਲ ਸਿੰਘ ਤਾਂ ਫਿਰ ਫੜ ਲੈਣ ਉਹੀ ਗੱਲ ਨਿਆਣੇ ਵਾਲੀਆਂ ਗੱਲਾਂ ਮਾਰੀ ਜਾਂਦੇ ਜਿੱਦਾਂ ਤੁਹਾਨੂੰ ਪਤਾ ਹੀ ਨਹੀਂ ਗਾਹਕ ਆ ਪ੍ਰਚੂਨ ਗਾਹਕ ਆਇਆ ਅਗਲੇ ਪੈਂਟ ਸ਼ਰਟ ਪਾਈ ਆ ਪੱਗ ਬੰਨੀ ਦੇ ਅਗਲੇ ਆਏ ਤੇ ਚੱਲ ਗਏ ਗਾਹਕ ਸੀ ਉਹ ਤੁਹਾਨੂੰ ਅੰਮ੍ਰਿਤਪਾਲ ਨਹੀਂ ਸੀ ਉਹ ਤੁਹਾਨੂੰ ਨਹੀਂ ਲੱਗਿਆ ਗਾਹਕ ਪੁਲਿਸ ਦੇ ਵੱਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਤੁਹਾਡੇ ਕੋਲ ਕੀਤੀ ਪੁਲਿਸ ਨੇ ਪੰਜਾਬ ਪੁਲਿਸ ਪੰਜਾਬ ਪੁਲਿਸ ਆਨ ਕੋ ਆਏ ਸੀ ਉਹਨਾਂ ਨੇ ਸਾਡਾ ਮੋਬਾਈਲ ਲਿਆ ਤੈਨੂੰ ਦੱਸ ਦਿੱਤਾ ਮੋਬਾਈਲ ਲਿਆ ਉਹਨਾਂ ਚੈੱਕਅਪ ਕੀਤੀ ਰਾਤ ਰੱਖਿਆ ਸਵੇਰੇ ਮੋੜ ਤੋਂ ਤੇ ਤੁਹਾਨੂੰ ਵੀ ਹਿਰਾਸਤ 'ਚ ਲਿੱਤਾ ਗਿਆ ਕੋਈ ਨਹੀਂ ਨਹੀਂ ਜਿਹੜੇ ਉਹ ਜਗਾੜੂ ਰੇੜਾ ਆਇਆ ਸੀ ਤੁਹਾਡੇ ਕੋਲ ਮੋਟਰਸਾਈਕਲ ਲੱਦ ਕੇ ਤੁਸੀਂ ਉਹਨਾਂ ਨੇ ਕੀ ਪੈਂਚਰ ਹੋਇਆ ਸੀ ਮੋਟਰਸਾਈਕਲ ਉਹਨਾਂ ਨੂੰ ਪਾਈ ਸੀ ਕਿਉਂ ਪਾਈ ਸੀ ਉਹਨਾਂ ਨੂੰ ਟੂ ਖਰਾਬ ਸੀ ਕੋਈ ਆਪਸ 'ਚ ਉਹਨਾਂ ਦੀ ਗੱਲਬਾਤ ਕਰਦੇ ਪਏ ਸੀ ਨਹੀਂ ਕੋਈ ਹਫੜਾ ਤਫੜੀ ਦਾ ਮਾਹੌਲ ਨਹੀਂ ਜੀ ਤੁਹਾਨੂੰ ਜਿਹੜੇ ਉਹ ਆਏ ਗੁਲਾਬੀ ਪੱਗ ਵਾਲਾ ਸ਼ਖਸ ਤੁਹਾਨੂੰ ਅੰਮ੍ਰਿਤਪਾਲ ਨਹੀਂ ਲੱਗਾ ਨਹੀਂ ਜੀ ਗੁਲਾਬੀ ਪੱਗ ਤੇ ਮੈਂ ਦੇਖੀ ਵੀ ਨਹੀਂ ਜੀ ਐਵੇਂ ਕੀ ਇਹ ਮੈਨੂੰ ਤਾਂ ਸ਼ਰਧਾਲੂ ਲੱਗਾ ਆਮ ਸ਼ਰਧਾਲੂ ਕੋਈ ਮਤਲਬ ਕਿ ਆਪਸ 'ਚ ਕੋਈ ਗੱਲਬਾਤ ਨਹੀਂ ਕੀਤੀ ਦੋਨਾਂ ਨੇ ਸੋ ਇਹ ਤੁਸੀਂ ਸੁਣ ਸਕਦੇ ਹੋ ਕਿਹਾ ਜਾ ਰਿਹਾ ਜਿਹੜੀ ਸੀ ਸੀ ਟੀ ਵੀ ਵੀਡੀਓ ਸਾਹਮਣੇ ਆਉਂਦੀ ਹੈ ਕਿਹਾ ਵੀ ਜਾਂਦਾ ਇੱਕ ਇੰਟਰਵਿਊ ਸਾਹਮਣੇ ਆਉਂਦੀ ਹੈ ਜਗਾੜੂ ਰੇੜੇ ਦੇ ਵੱਲੋਂ ਕਿਹਾ ਜਾਂਦਾ ਆ ਕਿ ਇੱਕ ਦੁਕਾਨ ਦੇ ਉੱਤੇ ਜਿਹੜੀ ਲਗਾਇਆ ਜਾਂਦਾ ਆ ਪੈਂਚਰ ਲਗਵਾਇਆ ਜਾਂਦਾ ਆ ਜਿਹੜਾ ਇੱਕ ਜਿਹੜਾ ਰੇੜੇ ਵਾਲਾ ਹੁੰਦਾ ਉਹ ਕਹਿੰਦਾ ਕਿ ਪੈਂਚਰ ਲਗਵਾਇਆ ਜਾਂਦਾ ਉਹ ਇਸੇ ਦੁਕਾਨ ਦੇ ਉੱਤੇ ਪੈਂਚਰ ਲਗਾਇਆ ਜਾਂਦਾ ਪਰ ਇਸ ਦੁਕਾਨ ਦੇ ਮਾਲਕ ਦੇ ਵੱਲੋਂ ਕਹਿਣਾ ਆ ਕਿ ਉਹ ਅੰਮ੍ਰਿਤਪਾਲ ਨਹੀਂ ਸੀ ਅੰਮ੍ਰਿਤਪਾਲ ਨੂੰ ਅਸੀਂ ਜਾਣਦੇ ਹਾਂ ਉਹ ਅੰਮ੍ਰਿਤਪਾਲ ਨਹੀਂ ਸੀ ਪਰ ਜੋ ਆਪਾਂ ਜੇ ਸੀ ਸੀ ਟੀ ਵੀ ਫੁਟੇਜ ਦੀ ਗੱਲ ਕਰੀਏ ਤਾਂ ਸੀ ਸੀ ਟੀ ਵੀ ਫੁਟੇਜ 'ਤੇ ਸਾਫ਼ ਪਤਾ ਲੱਗਦਾ ਕਿ ਇੱਥੋਂ ਦੀ ਅੰਮ੍ਰਿਤਪਾਲ ਨਿਕਲਦੇ ਨੇ ਇੱਥੋਂ ਦੀ ਅੰਮ੍ਰਿਤਪਾਲ ਸਿੰਘ ਨਿਕਲਦੇ ਨੇ ਅਤੇ ਇੱਥੋਂ ਦੀ ਪੈਂਚਰ ਵੀ ਲਗਵਾਇਆ ਜਾਂਦਾ ਆ ਟਿਊਬ ਪਵਾਈ ਜਾਂਦੀ ਆ ਪਰ ਇੱਥੋਂ ਦੇ ਜਿਹੜੇ ਮਾਲਕ ਨੇ ਦੁਕਾਨ ਦੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਨਹੀਂ ਸੀ ਗੁਲਾਬੀ ਪੱਗ ਉਹਨਾਂ ਨੂੰ ਕੁਛ ਯਾਦ ਨਹੀਂ ਹੈ ਗੁਲਾਬੀ ਪੱਗ ਪਰ ਪੰਜਾਬ ਪੁਲਿਸ ਜਿਹੜੀ ਪੰਜਾਬ ਪੁਲਿਸ ਦੀ ਟੀਮ ਆਉਂਦੀ ਹੈ ਇਹਨਾਂ ਕੋਲੋਂ ਪੁੱਛਗਿੱਛ ਕਰਦੀ ਹੈ ਇਹਨਾਂ ਕੋਲੋਂ ਇਹਨਾਂ ਦਾ ਫੋਨ ਵੀ ਲੈ ਕੇ ਜਾਇਆ ਜਾਂਦਾ ਆ ਅਗਲੇ ਦਿਨ ਸਵੇਰੇ 9 ਵਜੇ ਦਿੱਤਾ ਜਾਂਦਾ ਆ ਪਰ ਜੇਕਰ ਹੁਣ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਹਲੇ ਵੀ ਫਰਾਰ ਨੇ ਅਤੇ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਸ਼ਰਨ ਮੰਗੀ ਆ ਬ੍ਰਿਟੇਨ ਸਰਕਾਰ ਦੇ ਨਾਲ ਉਹਨਾਂ ਨੇ ਕਿਹਾ ਜਾ ਰਿਹਾ ਕਿ ਬ੍ਰਿਟੇਨ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਨ ਮੰਗੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਪਰ ਜੋ ਇਸ ਵਕਤ ਅਸੀਂ ਮੌਕੇ ਦੇ ਗਰਾਊਂਡ ਜ਼ੀਰੋ 'ਤੇ ਪਹੁੰਚੇ ਹਾਂ ਕਿਹਾ ਜਾ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਕਿ ਕਿਸੇ ਟਾਈਮ 'ਤੇ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਦੇ ਸੀ ਪਰ ਅੱਜ ਉਹ ਇਸ ਵੇਲੇ ਭੱਜੇ ਹੋਏ ਨੇ ਉਹਨਾਂ ਦੇ ਸਾਥੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪ੍ਰਧਾਨ ਮੰਤਰੀ ਬਾਜੀਕੇ ਦੀ ਗੱਲ ਕਰੀਏ ਉਹਨਾਂ ਦੇ ਚਾਚੇ ਦੀ ਗੱਲ ਕਰੀਏ ਸਾਰੇ ਅਸਾਮ ਜੇਲ੍ਹ ਦੇ ਵਿੱਚ ਰੱਖੇ ਹੋਏ ਨੇ ਪਰ ਇਹ ਉਹੀ ਜਗ੍ਹਾ ਆ ਜਿੱਥੋਂ ਕਿਹਾ ਜਾ ਰਿਹਾ ਦੁਪਹਿਰੇ 3:05 3:01 ਦੇ ਕਰੀਬ ਇੱਥੋਂ ਦੀ ਅੰਮ੍ਰਿਤਪਾਲ ਸਿੰਘ ਨਿਕਲਦੇ ਨੇ ਅਤੇ ਇੱਥੋਂ ਦੀ ਪੈਂਚਰ ਲਗਵਾਉਂਦੇ ਨੇ ਇੱਦਾਂ ਦੀਆਂ ਹੋਰ ਅਪਡੇਟਸ ਦੇ ਲਈ ਬਣੇ ਰਹੋ ਦਾ ਟੀਵੀ ਐਨਆਰਆਈ ਦੇ ਨਾਲ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ ਐਨਆਰਆਈ ਮੈਰਿਜ ਬਿਊਰੋ ਐਨਆਰਆਈ ਮੈਰਿਜ ਬਿਊਰੋ ਫਾਈਂਡ ਯੋਰ ਪਰਫੈਕਟ ਹਿਊਮਨ